ਐ ਸਾਹਮਣੇ ਬੰਦਾ ਦੇ ਰਿਹਾ ਹੈ। ਆ ਜਿਹੜਾ ਬੰਦਾ ਆਇਆ ਬੇਟਾ। ਅੱਛਾ ਕੀ ਕਰ ਰਹੇ ਹੋ ਤੁਸੀਂ? ਮੈਂ ਕਹਾਂ ਇਹ ਜਿਹੜਾ ਬੰਦਾ ਆਇਆ ਬੇਟਾ। ਅੱਛਾ। ਐ ਸਾਹਮਣੇ ਨੰਦਾ ਦੇ ਰਹਾ ਹੈ। ਉਹ ਸਾਹਮਣੇ। ਅੱਛਾ ਕੀ ਨਾਂ ਆ ਉਹਨਾਂ ਦਾ ਜਿਹੜਾ ਸਾਹਮਣਾ ਡੇ ਰਿਹਾ। ਕਲਫਾਮ। ਅੱਛਾ। ਭਾਈ ਇਹਨਾਂ ਦਾ ਇਹਨਾਂ ਦਾ ਪੱਲੀ ਹੋਇਆ ਹੈ ਵਸਲੀ। ਐ ਕੀ ਥੋਂ ਲੱਗਾ? ਇਹ ਨਹੀਂ ਕਾ ਗੰਡੇ। ਗੰਡੇ ਲੱਗੇ ਨੇ। ਹਾਂਜੀ। ਜਾਨੀ ਕਿ ਪੰਜਾਬੀ 'ਚ ਗੰਡੇ ਕਹਿੰਦੇ। ਹਾਂਜੀ ਹਾਂਜੀ ਗੰਡੇ ਹੀ ਗੰਡੇ। ਮੈਨੂੰ ਸਮਝ ਆ ਰਹੀ ਹੈ ਗੰਡੇ। ਅੱਛਾ ਐ ਤੋੜ ਗੰਡੇ ਨੇ। ਹਾਂਜੀ ਤੋੜ ਗੰਡੇ ਨੇ। ਠੀਕ ਹੋ ਗਿਆ ਜੀ ਬਹੁਤ ਵਧੀਆ ਸਾਰੀਆਂ ਬੰਨੀਆਂ ਜਣੀਆਂ ਨੇ ਬਣਾ ਕੇ ਇਹਨਾਂ ਤੇ ਗੰਡਾ ਲਾਇਆ ਗਿਆ ਬਿਲਕੁਲ ਬਹੁਤ ਵਧੀਆ ਜੀ ਕਾਇਆ ਇਹ ਸਬਜ਼ੀਆਂ ਨੇ ਅੱਛਾ ਇਹ ਇਧਰ ਜਿਹੜਾ ਇਹ ਕਣਕ ਹੋਗੀ ਹਾਂਜੀ ਇਹ ਕਣਕ ਹੈ ਅੱਗੇ ਸਬਜ਼ੀ ਹੈ ਅੱਛਾ ਉਸ ਤੋਂ ਅੱਗੇ ਸਬਜ਼ੀ ਕਮਾਦ ਹੈ ਅੱਗੇ ਕਮਾਦ ਹੈ ਤੇ ਉਹ ਇਸ ਤੋਂ ਅੱਗੇ ਸਬਜ਼ੀਆਂ ਹੁਣ ਬੜੀਆਂ ਜਿਹੀਆਂ ਲਾਈਆਂ ਹੋਈਆਂ ਨੇ ਉਹ ਫਿਰ ਅੱਗ ਅੱਗੇ ਮਟਰੀ ਲੱਗੀ ਹੋਈ ਹੈ ਉਹ ਸਾਵੀ ਨੁੱਪਰ ਵਰਨੇ ਉਹ ਕਿਹੜਾ ਮਟਰ ਨੇ ਹਾਂਜੀ ਮਟਰੀ ਲੱਗੀ ਹੋਈ ਹੈ ਉਹ ਮਟਰ ਚੋਕ ਗੇ ਜਾਂਦੇ ਨੇ ਨੇਲੀ ਤੇ ਅੱਛਾ ਅੱਗੇ ਇਸ ਤੋਂ ਆਲੂ ਲਾਏ ਵੀ ਨਾ ਠੀਕ ਹੈ ਇਹ ਕਹਿੰਦੇ ਦੂਸਰੇ ਕਿ ਨਾ ਹੈਗਾ ਲੰਬੜ ਹੈ ਨਾ ਉਹਨਾਂ ਠੇਕੇ ਤੇ ਪਹਿਲੀ ਦੀ ਲਈ ਵੀ ਹੈ ਤੇ ਉਹਨਾਂ ਜਿਹੜਾ ਨਾ ਇਹ ਕਮਾਦ ਕਿਨੇ ਲਾਇਆ ਇਹ ਕਮਾਦ ਜੱਜ ਨੇ ਲਾਇਆ ਇਹਨਾਂ ਦੇ ਰਾਹੀ ਲੱਗਦੇ ਸਮਝ ਲਓ ਉਹਨਾਂ ਲਾਇਆ ਅੱਛਾ ਉਹਨਾਂ ਦਾ ਭਾਈ ਹੈ ਹਾਂ ਜੀ ਜਿਹਨਾਂ ਦੇ ਮੱਝਾਂ ਵਾਸਤੇ ਇਹਨਾਂ ਦੇ ਬਰਾਣ ਲਾਇਆ ਹਾਂ ਜੀ ਤੇ ਮੱਝਾਂ ਵਾਸਤੇ ਬੀਜਿਆ ਉਹਨਾਂ ਮੱਝਾਂ ਨੂੰ ਖਾਂਦੇ ਕੋਲੇ ਹਾਂ ਜੀ ਆ ਕਮਾਦ ਨਜ਼ਰ ਆ ਰਿਹਾ ਸਾਹਮਣੇ ਦੋ ਪੈਰੀਆਂ ਹਟਵਾ ਜਾ ਤਰੇ ਪਾਰੀਆਂ ਤੋਂ ਬਾਅਦ ਕਮਾ ਦੇ ਹਾਂਜੀ ਤੇ ਇਹ ਹੋ ਗਿਆ ਗੰਡਾ ਹਾਂਜੀ ਇਹ ਵੀ ਬਾਬਾ ਇਖਤਾਰੇ ਇਹ ਫਿਰ ਬਾਹ ਭੇਜਦੇ ਨੇ ਉੱਥੇ ਮੰਡੀ ਹਾਂਜੀ ਮੰਡੀ ਵੇਚਦੇ ਨੇ ਸੇਲ ਕਰਦੇ ਨੇ ਜਾ ਕੇ ਫਿਰ ਯਾਰ ਸਾਲ ਆਂਦੇ ਨਹੀਂ ਹਰ ਸਾਲ ਜੀ ਹਰ ਸਾਲ ਠੀਕ ਹੋ ਗਿਆ ਇਹ ਸਰੀ ਇੱਕ ਥੋੜੀ ਚੈੱਕ ਕਰਨ ਵਾਸਤੇ ਲਾਇਆ ਇਹਨੇ ਕਿ ਭਈ ਅਗਾ ਰੇਟ ਆਵਾ ਵਿਚੂ ਰੇਟ ਘਟਾਉਣ ਪਤਾ ਕੰਮ ਹੋ ਗਿਆ ਸਰ ਅੱਛਾ ਤੇ ਇਸ ਵਜ੍ਹਾ ਤੋਂ ਉਹਨਾਂ ਨੇ ਇਹ ਬੀਜ ਘਾਟੇ ਪੈ ਜਾਂਦੇ ਤੇ ਬੈ ਚੋਖਾ ਬੀਜ ਬੰਨੇ ਘਾਟੇ ਪੈ ਜਾਂਦੇ ਨੇ ਤੇ ਇੰਨੇ ਨਾਲ ਬਿਹਤਰ ਹੈ ਕਿ ਅਸੀਂ ਉਹ ਕੰਮ ਕਰੀਏ ਜਿਹੜਾ ਅਸੀਂ ਵੀ ਪਹੁੰਚ ਜਾਈਏ ਤੇ ਜਿਹੜਾ ਨਾ ਸਾਨੂੰ ਕੋਈ ਸ਼ਾਇ ਬਚੇ ਵੀ ਨਾ ਠੇਕੇ ਠੇਕੇ ਪਹਿਲੀ ਦਿੱਤੀ ਹੋਈ ਹੈ ਅੱਛਾ ਹਾਂਜੀ ਯਾਨੀ ਕਿ ਇਹ 5 ਕਿਲੇ ਇਹ ਪਹਿਲੀ ਜਿਹੜੀ ਆ ਇਹ ਪੈਂਦੀ ਨਾ ਅੱਛਾ ਪਹਿਲੇ 12 ਅੱਛਾ ਇਹ ਵੀ ਠੇਕੇ ਤੇ ਹਾਂਜੀ ਇਹ ਵੀ ਠੇਕੇ ਦਿੱਤੀ ਹੋਈ ਹੈ ਇਹ ਇਹ ਪਾਈ ਜਵੇਦ ਦੀ ਜ਼ਮੀਨ ਹਾਂਜੀ ਪਾਈ ਜਵੇਦ ਦੀ ਜ਼ਮੀਨ ਲੇਕਿਨ ਠੇਕੇ ਦਿੱਤੀ ਠੇਕੇ ਦਿੱਤੀ ਹੋਈ ਹੈ ਯਾਨੀ ਕਿ ਉੱਥੇ ਇਹ ਠੇਕਾ ਜਿਹੜਾ ਉਹ ਠੇਕੇਦਾਰ ਸ਼ਹਿਰ ਦਾ ਹੈ ਇੱਥੋਂ ਦਾ ਹੀ ਹੈ ਇਹ ਹੈ ਮਟਾਲਾੜੀ ਦਾ ਮਟਾਲਾੜੀ ਦਾ ਤੇ ਗੰਢ ਛੰਡੇ ਉਹਨਾਂ ਲਾਇਆ ਹਾਂ ਉਹਨਾਂ ਲਾਇਆ ਗੰਢੀ ਠੀਕ ਹੋ ਗਿਆ ਜੀ ਹਾਂਜੀ ਪੰਜੀ ਪਹਿਲਾਂ ਠੇਕੇ ਦਿੱਤੀ ਹੋਈ ਨੇ ਅੱਛਾ ਤੇ ਬਕਾਇਆ ਜਿਹੜਾ ਹੈਗਾ ਸਮਝ ਪੰਜੀ ਕਿੱਲੇ ਅੱਛਾ ਤੇ ਬਕਾਇਆ ਜਿਹੜਾ ਇਹ ਜਿਹੜੇ ਨਾ ਇਹ 9 ਕਿੱਲੇ 10 ਕਿੱਲੇ ਬਣਦੀ 9 ਕਿੱਲੇ ਆਵਾਰਾ ਆਵਾਰਾ ਇਹ 5 6 ਪੈੜੀਆਂ ਬੀਜੀਆਂ ਨੇ ਦੂਸਰਾ ਕਿਹਨਾ ਕਾ ਕਣਕ ਅੱਛਾ ਤੇ ਸਟਾਲਾ ਕਣਕ ਤੇ ਸਟਾਲਾ ਤੇ ਸਾਗ ਹਾਂਜੀ ਸਾਗ ਦੀ ਠੀਕ ਹੈ ਮੂਲੀਆਂ ਵਗਾਰਾ ਵੀ ਲਾਂਦੇ ਨੇ ਹਾਂਜੀ ਮੂਲੀਆਂ ਆਵੇ ਗਾਜਰਾ ਸ਼ਾਜਰਾ ਤੇ ਜਹਾਰਾ ਅੱਛਾ ਤੇ ਧਣੀਆਂ ਪਾਲਕ ਘਰ ਵਾਸਤੇ ਸਬਜ਼ੀ ਸਬਜ਼ੀ ਆਪ ਮੜ ਜਾਂਦੀ ਬੜੀ ਬੜਾ ਵਧੀਆ ਜੀ ਇਹ ਬੜੀ ਨੇਮਤ ਤੇ ਧਣੀਆਂ ਸਬਜ਼ੀ ਹਾਂਜੀ ਔਰ ਮੂਲੀਆਂ ਹਾਂਜੀ ਇਹ ਖਾਸ ਨਿਮਤ ਹੈ ਅੱਲਾਹ ਤਾਲਾ ਦੀ ਹਰ ਚੀਜ਼ ਇੱਥੇ ਮੌਜੂਦ ਕਾਰ ਦੀ ਸਬਜ਼ੀ ਹੋਣਾ ਤੇ ਬਹੁਤ ਵੱਡੀ ਗੱਲ ਹੈ ਨਾ ਜੀ ਹਾਂਜੀ ਤੇ ਮੁੰਗਰੇ ਲਾਇਨੇ ਆ ਸਾਵੇਂ ਆ ਪਹਿਲੀ ਚ ਮੁੰਗਰੇ ਲਾਇਨੇ ਮੁੰਗਰੇ ਸਭ ਇੱਥੇ ਮੈਂ ਹੋਰ ਗੋਂਗਲੂ ਸ਼ੋਂਗਲੂ ਐਜੇ ਵੀ ਸਟਿਆ ਹੋਰ ਵੀ ਅੱਛਾ ਗੋਂਗਲੂ ਵੀ ਲਾਇਨੇ ਹਾਂਜੀ ਇਹ ਸਾਵੇਂ ਲਾਇਏ ਐਜੇ ਤਾਂ ਕਾਂ ਬੈਠੇ ਨੇ ਹਾਂਜੀ ਮੁੰਗਰੇ ਲਾਇਨੇ ਅੱਛਾ ਇੱਥੇ ਮੁੰਗਰੇ ਲਾਇਨੇ ਹਾਂਜੀ ਮੁੰਗਰੇ ਲਾਇਨੇ ਗੋਂਗਲੂ ਲਾਇਨੇ ਇਸ ਸਮੇਂ ਪਾਲਕ ਵੀ ਜਿਆ ਧਨੀਆ ਵੀ ਜਿਆ ਥੋਮ ਵੀ ਜਿਆ ਇਹ ਚੀਜ਼ਾਂ ਹਾਰੀਆਂ ਜਿਹੜੀਆਂ ਨਾ ਜਿੰਨੀਆਂ ਵੀ ਜਾਣ ਕੇ ਹੁੰਦੀ ਨਾ ਕਿ ਕਿੰਨੀ ਨਾ ਵੇਚ ਸਕਦੇ ਐ ਥੋੜੇ ਥੋੜੇ ਲਿਆ ਕੇ 20 ਸਟੇ 20 ਵੇ 60 ਦੀ ਤਰ੍ਹਾਂ ਠੀਕ ਹੋ ਗਿਆ ਹਾਂਜੀ ਚਲੋ ਇਹ ਬਹੁਤ ਵਧੀਆ ਜੀ ਇਹ ਮਤਲਬ ਗੋਂਗਲੂ ਵੀ ਲਾਤੇ ਪਾਲਕ ਵੀ ਲਾਤੇ ਹਾਂਜੀ ਧਨੀਆਂ ਦੁਨੀਆ ਦੇ ਘਰ ਦੀ ਪਾਲਕ ਹੋ ਗਈ ਹਾਂਜੀ ਮੁੰਗਰੇ ਮੁੰਗਰੇ ਦਾ ਬੜੀ ਚੀਜ਼ ਹੈਗੇ ਨਾ ਮਾਸ਼ਾਅੱਲਾ ਜੀ ਬੜਾ ਸਾਫ਼ ਸੁਥਰਾ ਉਜਲਾ ਅਸਮਾਨ ਨਜ਼ਰ ਆ ਰਿਹਾ ਨੀਲਾ ਤੇ ਇਹ ਇਹਦੇ ਥੱਲੇ ਦੀ ਧਰਤੀ ਦੀ ਸਾਨੂੰ ਖੁਸ਼ਬੂ ਆ ਰਹੀ ਹੈ ਸਬਜ਼ਾ ਹਰੇ ਹਰੇ ਖੇਤ ਨੇ ਸਾਵੇ ਖੇਤਾਂ ਦੇ ਵਿੱਚ ਜਨਾਬ ਇਹ ਡੇਰਾ ਮੌਜੂਦ ਚ ਜੋ ਚੀਮਾਂ ਦਾ ਤੇ ਉਹ ਬੜਾ ਅੱਛਾ ਇਹਨੂੰ ਚਲਾ ਰਹੇ ਨੇ ਬਹੁਤ ਵਧੀਆ ਇਹ ਬੋਰਡ ਦਾ ਇੱਕ ਦਰਖਤ ਇੱਕ ਹੋ ਇਹ ਪੌਦਾ ਉਹਦੇ ਨਾਲ ਵੀ ਲਾ ਕੇ ਅਸੀਂ ਇੱਧਰ ਲਾਇਆ ਕਿੰਨੇ ਡੰਗਰ ਰੱਖੇ ਨੇ ਇੱਥੇ ਇਸ ਟਾਈਮ ਡੰਗਰ ਇਸ ਟਾਈਮ 10 ਹੈਗੇ ਸਾਡੇ ਕੋਲੇ ਤੇ ਸ਼ਾਮ ਨੂੰ ਦੋ ਵੇਲੇ ਦਾ ਕਿੰਨਾ ਦੁੱਧ ਇਕੱਠਾ ਹੋ ਜਾਂਦਾ ਤਕਰੀਬਨ ਸ਼ਾਮ ਨੂੰ ਜਿਹੜਾ ਨਾ ਸ਼ਾਮ ਦਾ ਅਸੀਂ ਦੇਰ ਦੁੱਧੀ ਨੂੰ ਤਕਰੀਬਨ 7 ਕੁ ਸੇਰ ਘਰ 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 ਭੇਜਿਆ ਕਰ ਤੇ 1 ਕਿਲੋ ਮੈਂ ਲੈ ਰਿਹਾ ਤੇ ਤਕਰੀਬਨ ਜਿਹੜਾ ਨਾ ਕੋਈ ਦੁੱਧੀ ਨੂੰ ਦੇ ਰਿਹਾ 10 ਕੁ ਸੇਰ ਦੁੱਧ ਹੀ ਦੇ ਰਿਹਾ ਸਮਝੋ ਜਿੰਨੀਆਂ ਸਾਡੇ ਕੋਲ 10 ਮੱਝ ਹੈਗੀਆਂ ਨਾ ਉਹਨਾਂ ਚ 6 ਮਿਲਦੀਆਂ ਸਾਡੇ ਕੋਲ ਤੇ ਬਕਾਇਆ ਜਿਹੜਾ ਹੈਗਾ ਉਹ 2 ਤੋਂ ਦਿਨ ਦੇਰ ਹੈ ਠੀਕ ਹੋ ਗਿਆ ਜੀ ਚਲੋ ਬਹੁਤ ਵਧੀਆ ਜੀ ਹਾਂਜੀ ਬੜੀ ਮਿਹਰਬਾਨੀ ਜੀ ਸ਼ੁਕਰੀਆ